ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਰਜਵੰਤ ਕੌਰ, ਪਤਨੀ ਸਰਦਾਰ ਸੁਖਮਿੰਦਰ ਸਿੰਘ ਕੰਗ, ਪਿੰਡ ਡੁਲਿਆਣੀ, ਜ਼ਿਲ੍ਹਾ ਅੰਬਾਲਾ ਦੀ ਵਾਸੀ ਹਾਂ। ਮੈਂ ਬਹੁਤ ਹੀ ਧੰਨਵਾਦੀ ਹਾਂ ਆਪਣੇ ਪਿੰਡ ਵਾਸੀਆਂ ਡੁਲਿਆਣੀ ਵਾਲਿਆਂ ਦੀ, ਜਿਨ੍ਹਾਂ ਨੇ ਮੈਨੂੰ ਸਰਪੰਚ ਬਣਨ ਦਾ ਤੇ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਮੈਂ ਜੋ ਵੀ ਪਿੰਡ ਦੇ ਅਧੂਰੇ ਕੰਮ ਹਨ ਅਤੇ ਵਿਕਾਸ ਦੇ ਰਾਹ ਤੇ ਚੱਲ ਕੇ ਪਿੰਡ ਦਾ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੀ। ਪਿੰਡ ਡੁਲਿਆਣੀ, ਜ਼ਿਲ੍ਹਾ ਅੰਬਾਲਾ ਦਾ ਵਾਸੀ ਹਾਂ। ਸਰਕਾਰ ਨੂੰ ਮੈਂ ਮੰਗ ਕਰਦਾ ਹਾਂ ਕਿ ਜਿਹੜੇ ਸਾਡੇ ਪਿੰਡ ਦੇ ਅਧੂਰੇ ਕੰਮ ਨੇ ਉਹਨਾਂ ਲਈ ਸਾਨੂੰ ਗਰਾਂਟਾਂ ਦਿੱਤੀਆਂ ਜਾਣ ਤੇ ਅਸੀਂ ਅਧੂਰੇ ਕੰਮ ਆਪਣੇ ਪਿੰਡ ਦੇ ਪੂਰੇ ਕਰੀਏ। ਸਤਿ ਸ਼੍ਰੀ ਅਕਾਲ ਜੀ, ਮੈਂ ਕਿਰਪਾਲ ਸਿੰਘ, ਪਿੰਡ ਨਿਵਾਸੀ ਡੁਲਿਆਣੀ ਦਾ ਰਹਿਣ ਵਾਲਾ ਹਾਂ। ਅਸੀਂ ਇਹ ਮੀਡੀਆ ਚੈਨਲ ਦੇ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਆ ਕੇ ਸਾਡੀਆਂ ਮੁਸੀਬਤਾਂ ਨੂੰ ਸੁਣਿਆ। ਇਹ ਆਸ ਹੈ ਕਿ ਇਹ ਮੁਸੀਬਤਾਂ ਜੋ ਅਸੀਂ ਪ੍ਰੋਬਲਮ ਦੱਸੇ ਹਨ ਇਹ ਸਰਕਾਰ ਤੱਕ ਪਹੁੰਚਣਗੀਆਂ। ਸਰਕਾਰ ਸਾਨੂੰ ਇਸ ਮੁਸੀਬਤ ਨੂੰ, ਪ੍ਰੋਬਲਮਾਂ ਨੂੰ ਸੁਣ ਕੇ ਸਾਨੂੰ ਜੋ ਵੀ ਗਰਾਂਟਾਂ ਹਨ ਪਿੰਡਾਂ ਵਾਲਿਆਂ ਨੂੰ ਇਹ ਮੁਹੱਈਆ ਕਰਾਉਣਗੇ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ।